اعوذ باللہ من الشیطان الرجیم بسم اللہ الرحمن الرحیم السلام علیکم ورحمۃ اللہ وبرکاتہ شہراز گارڈننگ آئیڈیا خوش آمدید ویلکم کہنے جناب تعلق اپنے گارڈن اپنے کام امید کر رہے سارے دوست ٹھیک ٹھاک ہونگے سارے راضی خوشی ہونگے سارے اپنے پیارے نال پیار ونڈتے ہوئے راضی تے خوش ہونگے اپنی معمولی زندگی نو جی رہے ہونگے سجنوں بیلیو دوستو ਅਸੀਂ ਅੱਜ ਗਾਰਡਨ 'ਚ ਤੁਹਾਡੇ ਨਾਲ ਗੁਫ਼ਤਗੂ ਇਹ ਕਰਨੀ ਹੈ ਕਿ ਅਸੀਂ ਜਨਾਬ ਤੁਹਾਨੂੰ ਇੱਕ ਜਗ੍ਹਾ 'ਤੇ ਆਏ ਹਾਂ, ਇੱਕ ਦੋਸਤ ਕੋਲ ਆਏ ਹਾਂ, ਇੱਕ ਪਿਆਰੇ ਕੋਲ ਆਏ ਹਾਂ, ਮੁਹੱਬਤਾਂ ਭਰੇ ਬੰਦੇ ਕੋਲ ਆਏ ਹਾਂ ਅਤੇ ਜਨਾਬ ਉਹਦੇ ਗਾਰਡਨ 'ਚ ਅਸੀਂ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਪਪੀਤੇ ਦੇ ਪਲਾਂਟ ਦੇ ਮੁਤਲਕ। ਮੇਰੇ ਚੈਨਲ 'ਚ ਜਾਓਗੇ ਨਾ ਤਾਂ ਤੁਹਾਨੂੰ ਪਪੀਤੇ 'ਤੇ ਬਹੁਤ ਜ਼ਿਆਦਾ ਵੀਡੀਓ ਮਿਲਣਗੀਆਂ, ਪਪੀਤੇ ਦੇ ਫਰੂਟ ਲੱਗੇ ਦੀ ਮਿਲੇਗੀ, ਪਪੀਤੇ ਦੇ ਬੀਜ ਲਾਉਣ ਦੀਆਂ ਮਿਲਣਗੀਆਂ, ਪਪੀਤੇ ਦੇ ਪੌਦੇ ਨੂੰ ਕਨਵਰਟ ਕਰਨ ਦਾ ਯਾਨੀ ਕਿ ਉਹਨੂੰ ਸ਼ਿਫਟਿੰਗ ਕਰਨ ਦੀਆਂ ਵੀਡੀਓ ਮਿਲਣਗੀਆਂ। ਚੈਨਲ ਨੂੰ ਨਵੇਂ ਦੋਸਤ ਜਿਹੜੇ ਨੇ ਉਹ ਕਰੋ ਸਬਸਕ੍ਰਾਈਬ, ਬੈੱਲ ਆਈਕੋਨ ਦੇ ਬਟਨ ਦਬਾਓ, ਦੋਸਤਾਂ ਨਾਲ ਸ਼ੇਅਰ ਕਰਿਓ, ਵੀਡੀਓ ਮੇਰੀ ਆਖਰ ਤੱਕ ਵੇਖਿਓ ਅਤੇ ਨਵੇਂ ਵੀਵਰਸ ਪਪੀਤੇ ਦੇ ਮੁਤਲਕਾ ਮਜ਼ੀਦ ਵੀਡੀਓ ਵੇਖਣਾ ਚਾਹੁੰਦੇ ਅਤੇ ਮੇਰੇ ਚੈਨਲ ਦਾ ਵਿਜ਼ਿਟ ਕਰਨ 'ਤੇ ਇਨਸ਼ਾਅੱਲਾ ਇਨਸ਼ਾਅੱਲਾ ਮੇਰੇ ਚੈਨਲ 'ਚ ਬਹੁਤ ਹੀ ਪਿਆਰੀਆਂ ਬੜੀਆਂ ਖੂਬਸੂਰਤ ਜਿਹੀਆਂ ਬੜੀਆਂ ਵਾਧੂ ਜਿਹੀਆਂ ਵੀਡੀਓ ਰੱਖੀਆਂ ਨੇ, ਜਿਸ ਤਰ੍ਹਾਂ ਕਿ ਅਸੀਂ ਫਲਾਵਰ ਪਲਾਂਟ 'ਤੇ, ਇਨਡੋਰ ਪਲਾਂਟ 'ਤੇ, ਆਊਟਡੋਰ ਪਲਾਂਟ 'ਤੇ, ਛਾਂ ਵਾਲਿਆਂ ਪੌਦਿਆਂ 'ਤੇ, ਫਰੂਟ ਪਲਾਂਟ 'ਤੇ, ਕਿਚਨ ਗਾਰਡਨ 'ਤੇ, ਵੈਜੀਟੇਬਲ ਪਲਾਂਟ 'ਤੇ ਬਹੁਤ ਜ਼ਿਆਦਾ ਵੀਡੀਓ ਅਪਲੋਡ ਕੀਤੀਆਂ ਨੇ। ਅੱਜ ਅਸੀਂ ਤੁਹਾਨੂੰ ਪਪੀਤੇ ਔਰ ਪਪੀਤੀ ਨਰ ਮਾਦੀ ਦੇ ਮੁਤਲਕਾ ਗੁਫ਼ਤਗੂ ਕਰਕੇ ਵਿਖਾਲਣੀ ਹੈ ਅਤੇ ਅੱਜ ਤੁਹਾਨੂੰ ਪਹਿਚਾਣ ਕਰਾਉਣੀ ਹੈ ਕਿ ਨਰ ਫਲ, ਨਰ ਪੌਦਾ ਕਿਹੜਾ ਹੁੰਦਾ, ਮੇਲ ਪੌਦਾ ਕਿਹੜਾ ਹੁੰਦਾ ਅਤੇ ਫੀਮੇਲ ਪੌਦਾ ਕਿਹੜਾ ਹੁੰਦਾ। ਪਪੀਤਾ ਠੀਕ ਹੈ, ਨੰਨਾ ਮੁੰਨਾ ਪਲਾਂਟ ਹੈ ਅਤੇ ਹਾਈਬ੍ਰਿਡ ਵਰਾਇਟੀ ਦਾ ਅਤੇ ਉਹਨੂੰ ਲੱਗੇ ਹੋਏ ਨੇ ਫੁੱਲ, ਅਤੇ ਆਓ ਫਿਰ ਫੁੱਲਾਂ ਦੀ ਗੱਲ ਕਰੀਏ, ਨਾਲੇ ਉਹਦੀ ਉਮਰ ਦੀ ਗੱਲ ਕਰੀਏ ਅਤੇ ਚੱਲੀਏ ਆਓ ਪਲਾਂਟ ਪਪੀਤੇ ਦੇ ਪਲਾਂਟ 'ਤੇ। ਆਓ ਜੀ ਪਪੀਤੇ ਦਾ ਪਲਾਂਟ ਵੇਖੀਏ, ਮਾਸ਼ਾਅੱਲਾ ਅਲਹਮਦੁਲਿਲਾ ਇਹ ਪਲਾਂਟ ਹੈ ਜੀ ਪਪੀਤੇ ਦਾ, ਇਹ ਖੂਬਸੂਰਤ ਪਲਾਂਟ ਹੈ ਪਪੀਤੇ ਦਾ ਅਤੇ ਮਾਸ਼ਾਅੱਲਾ ਅਲਹਮਦੁਲਿਲਾ ਇਹਦੀ ਉਮਰ ਜਿਹੜੀ ਹੈ ਦੋਸਤੋ ਤਕਰੀਬਨ ਇਹਦੀ ਉਮਰ ਇਸ ਪਲਾਂਟ ਦੀ ਤਕਰੀਬਨ ਜਿਹੜੀ ਉਮਰ ਹੈ ਉਹ 6 ਤੋਂ 7 ਮਾਹ ਹੋਈ ਹੈ, 6-7 ਮਹੀਨੇ। ਥੋੜ੍ਹਾ ਕੈਮਰਾਮੈਨ ਕਰੀਬ ਆ ਜੇ ਜਨਾਬ ਅਤੇ ਅੱਛੇ ਤਰੀਕੇ ਨਾਲ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਜੀ ਪਲਾਂਟ ਜ਼ਮੀਨ 'ਚ ਲਾਇਆ ਅਤੇ ਥੱਲੇ ਜਾਮਨ ਦੇ ਪੌਦੇ ਨੇ, ਇਹ ਛੋਟਾ ਜਿਹਾ ਇਹਨਾਂ ਦਾ ਆਪਣੇ ਹੀ ਮਾਮਲਾਤ ਨੇ, ਆਪਣੇ ਹੀ ਇਹਨਾਂ ਦਾ ਕਾਰੋਬਾਰੀ ਮਾਮਲਾਤ ਨੇ ਅਤੇ ਇਹ ਆਪ ਹੀ ਇਹ ਕਰ ਰਹੇ ਨੇ ਇਹਨੂੰ ਹੈਂਡਲ, ਠੀਕ ਹੈ ਜੀ। ਅਤੇ ਹੁਣ ਮੈਂ ਆਪ ਕੋਸ਼ਿਸ਼ ਕਰਾਂਗਾ ਤੁਹਾਨੂੰ ਦੋਸਤੋ ਵਿਖਾਉਣ ਦੀ ਅੱਛੇ ਤਰੀਕੇ ਨਾਲ। ਇਹ ਜੀ ਪਲਾਂਟ ਹੈ, ਇਹਦੀ ਪਹਿਚਾਣ ਹੈ ਹਾਈਬ੍ਰਿਡ ਹੋਣ ਦੀ, ਯਾਨੀ ਕਿ ਅੱਛੀ ਵਰਾਇਟੀ, ਸਿੰਧੀ ਵਰਾਇਟੀ, ਹਾਈਬ੍ਰਿਡ। ਸਿੰਧੀ ਵਰਾਇਟੀ ਦੇ ਵਿੱਚ ਕਾਫੀ ਵਰਾਇਟੀਆਂ ਪਾਈ ਜਾਂਦੀਆਂ ਪਪੀਤੇ ਦੀਆਂ। ਹੁਣ ਜਿਹੜੀ ਗੱਲ ਮੈਂ ਮੇਨ ਕਰਨ ਵਾਲੀ ਸੀ ਉਹ ਕਰਨਾ ਅਤੇ ਬਾਅਦ ਵਿੱਚ ਤੁਹਾਨੂੰ ਇਹਦੇ ਲੱਗੇ ਹੋਏ ਬੀਜ ਵੀ ਤੁਹਾਨੂੰ ਇਨਸ਼ਾਅੱਲਾ ਵਿਖਾਵਾਂਗੇ। ਹੁਣ ਤੁਹਾਨੂੰ ਦੱਸਿਆ ਸੀ ਕਿ ਜਿਸ ਤਰ੍ਹਾਂ ਕਿ ਇਹ ਪਲਾਂਟ ਜਿਹੜਾ ਨਾ ਪਪੀਤੇ ਦਾ, ਇਹਦੇ 'ਚ ਮੇਲ ਅਤੇ ਫੀਮੇਲ ਯਾਨੀ ਕਿ ਨਰ ਅਤੇ ਮਾਦੀ 'ਚ ਕੀ ਫਰਕ ਹੈ, ਠੀਕ ਹੈ ਦੋਸਤੋ। ਆਓ ਫਿਰ ਉਹ ਫਰਕ ਕੱਢ ਕੇ ਵਿਖਾ ਲੈਂਦੇ ਹਾਂ। ਤੁਸੀਂ ਰਹਿਣਾ ਸਾਡੇ ਨਾਲ ਨਾਲ, ਜਿਸ ਤਰ੍ਹਾਂ ਕਿ ਇਹ ਜਾਮਨ ਦੇ ਪਲਾਂਟ ਲੱਗੇ ਹੋਏ ਨੇ ਮਾਸ਼ਾਅੱਲਾ ਅਲਹਮਦੁਲਿਲਾ, ਅਤੇ ਇਹ ਛੋਟੀ ਜਿਹੀ ਘਰ ਦੇ ਵਿੱਚ ਹਾਊਸ ਪਲਾਂਟ ਦੇ ਵਿੱਚ ਨਰਸਰੀ ਬਣਾਈ ਹੈ, ਸ਼ੌਕੀਨ ਆਦਮੀ ਨੇ, ਅਤੇ ਮੈਂ ਇਹਨਾਂ ਦੇ ਪਲਾਂਟ ਦਾ ਵਿਜ਼ਿਟ ਕਰਨਾ ਆਇਆ, ਉਹ ਵੀ ਪਪੀਤੇ ਦੇ ਪਲਾਂਟ ਲੱਗੇ ਹੋਏ ਨੇ, ਠੀਕ ਹੈ। ਅਤੇ ਮੈਂ ਇਹਨਾਂ ਦੇ ਪਲਾਂਟ ਦਾ ਵਿਜ਼ਿਟ ਕਰਨਾ ਆਇਆ ਅਤੇ ਦਿਲ 'ਚ ਖਿਆਲ ਆਇਆ ਕਿ ਅੱਜ ਮੈਂ ਆਪਣੇ ਵੀਵਰਸ ਨੂੰ, ਆਪਣੇ ਪਿਆਰਿਆਂ ਨੂੰ, ਆਪਣੇ ਮੁਹੱਬਤ ਕਰਨ ਵਾਲੇ ਦੋਸਤਾਂ ਨੂੰ, ਸਾਰਿਆਂ ਨੂੰ ਇਹਨਾਂ ਦੇ ਛੋਟੇ ਜਿਹੇ ਗਾਰਡਨ ਦਾ ਨਾਲੇ ਦੇ ਸੈਰ ਕਰਾਈਏ ਅਤੇ ਨਾਲ ਹੀ ਦੋਸਤੋ ਇਹਨਾਂ ਨੂੰ ਤੁਹਾਨੂੰ ਅੱਜ ਪਪੀਤੇ ਦੇ ਮੁਤਲਕਾ ਪਪੀਤੇ ਦੇ ਪੌਦੇ ਦੇ ਮੁਤਲਕਾ ਇਹ ਗੱਲ ਕਰਕੇ ਦੱਸਾਂਗੇ ਕਿ ਇਹ ਜਨਾਬ ਮੇਲ ਅਤੇ ਫੀਮੇਲ 'ਚ ਕੀ ਫਰਕ ਹੈ, ਠੀਕ ਹੈ। ਇਹ ਹੁਣ ਤੁਸੀਂ ਦੇਖ ਰਹੇ ਹੋ ਇਸ ਪੌਦੇ ਨੂੰ, ਇਹ ਫੁੱਲ ਆਏ ਨੇ, ਇਹ ਫੁੱਲ ਆਏ ਨਜ਼ਰ ਆ ਰਹੇ ਨੇ ਦੋਸਤੋ। ਦੇ ਫੁੱਲ 2 ਕਿਸਮ ਦੇ ਹੁੰਦੇ ਨੇ, ਜਿਹੜਾ ਸਟਿੱਕਨਮਾ ਫੁੱਲ ਹੁੰਦਾ ਨਾ, ਜਿਸ ਤਰ੍ਹਾਂ ਕਿ ਇਹ ਲੱਗਿਆ, ਜਿਹੜੇ ਪਪੀਤੇ ਨੂੰ ਜਾਣਨ ਵਾਲੇ ਲੋਕ ਨੇ ਉਹਨਾਂ ਨੂੰ ਇਹ ਗੱਲ ਕਰਕੇ ਦੱਸਣ ਲੱਗੇ ਹਾਂ ਕਿ ਇਹ ਜਿਹੜੇ ਲੱਗੇ ਹੋਏ ਫੁੱਲ ਨੇ ਨਾ, ਇਹ ਨਜ਼ਰ ਆ ਰਹੇ ਤੁਹਾਨੂੰ ਫੁੱਲ ਅਲਹਮਦੁਲਿਲਾ ਮਾਸ਼ਾਅੱਲਾ,
ਅਤੇ ਕੁਛ ਇਹ ਵੀ ਨਜ਼ਰ ਆ ਰਹੇ ਹੈ ਥੋੜ੍ਹੇ ਛੋਟੇ ਛੋਟੇ, ਫਿਰ ਥੋੜ੍ਹੇ ਉੱਪਰ ਵਾਲੀ ਸਾਈਡ 'ਤੇ ਇਹ ਵੀ ਫੁੱਲ ਨਜ਼ਰ ਆ ਰਹੇ ਨੇ, ਠੀਕ ਹੈ ਜੀ। ਇਹ ਮੈਂ ਇਹ ਅੱਛੇ ਤਰੀਕੇ ਨਾਲ ਵਿਖਾਉਣ ਦੀ ਕੋਸ਼ਿਸ਼ ਕਰਾਂਗਾ ਇਹ ਵਾਲੇ, ਠੀਕ ਹੈ ਜੀ। ਪਲਾਂਟ ਦੀ ਤਕਰੀਬਨ ਹਾਈਟ ਜਿਹੜੀ ਹੈ 2 ਫੁੱਟ ਹਾਈਟ ਹੈ, ਠੀਕ ਹੈ। ਇਹ ਸਿੰਧੀ ਵਰਾਇਟੀ 'ਚ ਪਾਇਆ ਜਾਂਦਾ, ਹਾਈਬ੍ਰਿਡ ਵਰਾਇਟੀ ਨਹੀਂ ਹੈ, ਹਾਈਬ੍ਰਿਡ ਅਤੇ ਔਰ ਦੇਸੀ ਵਰਾਇਟੀ ਦੇ ਇਹ ਕਰੀਬ ਕਰੀਬ ਪਾਇਆ ਜਾਂਦਾ, ਯਾਨੀ ਕਿ ਦੋਨਾਂ ਦੇ ਵਿਚਕਾਰਲਾ ਮੇਲ ਪਾਇਆ ਜਾਂਦਾ। ਅਤੇ ਇਹ ਇੱਕ ਪਲਾਂਟ ਨੇ ਤਕਰੀਬਨ 60 ਕਿਲੋ ਫਰੂਟ ਦੇਣਾ ਹੁੰਦਾ। ਹੁਣ ਦੋਸਤੋ, ਜੇ ਇਹ ਫੁੱਲ ਲੱਗੇ ਹੋਏ ਨੇ ਨਾ, ਇਹਨੂੰ ਲੰਬੇ ਸਟਿੱਕਰਮਾ ਫੁੱਲ ਲੱਗੇ ਹੋਏ ਨੇ, ਇਹ ਇਹਦੇ ਨਰ ਹੋਣ ਦੀ ਅਲਾਮਤ ਹੈ, ਯਾਨੀ ਕਿ ਮੇਲ ਹੈ ਜੀ, ਠੀਕ ਹੈ। ਮੇਲ ਦਾ ਮਤਲਬ ਕਿ ਮਰਦ ਹੈ, ਠੀਕ ਹੈ। ਇਹਦੇ ਵਿੱਚ ਫਰੂਟ ਖਲੋਣਾ ਨਹੀਂ, ਇਹ ਜਿੰਨਾ ਵੀ ਹੈ ਨਾ ਇਹਦੇ ਫੁੱਲਾਂ ਨੇ ਲੱਗਣਾ, ਲੱਗ ਕੇ ਅਤੇ ਇਹਦੇ ਇਹਨੇ ਆਪਣੇ ਜਰਾਸੀਮ ਫੀਮੇਲ ਵੱਲ ਨੂੰ ਕਨਵਰਟ ਕਰਨੇ ਨੇ, ਅਤੇ ਕਨਵਰਟ ਕਰਕੇ ਤੁਰ ਜਾਣੇ ਨੇ। ਬਾਜ਼ ਕਾਦ ਲੋਕ ਦੋਸਤੋ ਕਹਿੰਦੇ ਨੇ ਮੱਖੀ ਇੱਕ ਹੁੰਦੀ ਹੈ, ਅਤੇ ਉਹ ਮੱਖੀ ਜਨਾਬ ਫਰੂਟ ਇਹਦਾ ਲੈਂਦੇ, ਇਹਦਾ ਰਸ ਲੈਂਦੀ ਹੈ, ਉਹ ਫੀਮੇਲ ਨੂੰ ਯਾਨੀ ਕਿ ਮਾਦੀ ਨੂੰ ਕਨਵਰਟ ਕਰਦੀ ਹੈ, ਅਤੇ ਫਿਰ ਮਾਦੀ ਨੇ ਫੁੱਲ ਦੇਣੇ ਨੇ। ਇਹ ਸਭ ਝੂਠ ਹੈ ਅਤੇ ਬਨਾਵਟੀ ਗੱਲਾਂ ਨੇ। ਹਕੀਕਤ ਇਹ ਹੈ ਕਿ ਜਦੋਂ ਇਹਦੇ ਫੁੱਲ ਖਿਲਣੇ ਨੇ ਨਾ, ਇਹਦੇ ਫੁੱਲਾਂ ਦੇ ਜਰਾਸੀਮ ਜਿਹੜੇ ਨੇ ਉਹ ਮੇਲ ਦੇ ਉੱਤੇ ਜਾ ਕੇ ਡਿੱਗਣੇ ਨੇ, ਵਾਇਰਸ ਮੇਲ ਦੇ ਉੱਤੇ ਜਾ ਕੇ ਡਿੱਗਣੇ ਨੇ। ਅਤੇ ਮੇਲ ਨੂੰ ਜਿਹੜਾ ਸਿੰਗਲ ਫੁੱਲ ਲੱਗਾ ਹੋਣਾ ਨਾ, ਫੀਮੇਲ ਨੂੰ ਯਾਨੀ ਕਿ ਮਾਦੀ ਨੂੰ ਜਿਹੜਾ ਸਿੰਗਲ ਫੁੱਲ ਲੱਗਾ ਹੋਣਾ, ਉਸ ਫੁੱਲ 'ਚ ਅੱਲਾ ਪਾਕ ਨੇ ਜਾਨ ਪਾ ਦੇਣੀ ਹੈ, ਅਤੇ ਉਹ ਸਿੰਗਲ ਫੁੱਲ ਪਪੀਤੇ ਦੀ ਸ਼ਕਲ ਇਖਤਿਆਰ ਕਰ ਜਾਣਾ। ਇੱਕ ਪੱਤੇ ਦੇ ਉੱਤੇ 1, 2, 3, 4 ਹੁਣ ਤਾਂ ਵਰਾਇਟੀ ਬਹੁਤ ਜ਼ਿਆਦਾ ਨਿਕਲ ਆਈਆਂ ਨੇ, 4-5 ਵੀ ਦਾਣੇ ਲੱਗੇ ਹੁੰਦੇ ਨੇ, ਠੀਕ ਹੈ ਜੀ। ਇਹ ਮੇਲ ਅਤੇ ਫੀਮੇਲ ਦੀ ਪਹਿਚਾਣ ਹੈ, ਯਾਨੀ ਕਿ ਇਹ ਜਿਹੜਾ ਨਾ ਮੇਲ ਹੈ ਯਾਨੀ ਕਿ ਨਰ ਹੈ, ਨਰ ਨੇ ਫਰੂਟ ਖਿਲਾਰਨਾ ਨਹੀਂ ਹੁੰਦਾ, ਮਾਦੀ ਨੇ ਫਰੂਟ ਖਿਲਾਰਨਾ ਹੁੰਦਾ। ਅਤੇ ਨਰ ਨੂੰ ਜਿਹੜੀ ਸਟਿੱਕ ਲੱਗਦੀ ਹੈ, ਉਹ ਲੰਬਾ ਸਟਿੱਕਨਮਾ ਫੁੱਲ ਹੁੰਦਾ, ਜੂੰ ਹੀ ਹਵਾ ਚੱਲਦੀ ਹੈ ਅਤੇ ਲਾਗੇ ਇਹ ਤਕਰੀਬਨ ਇੱਕ ਮੇਲ ਹੋਏ, ਯਾਨੀ ਕਿ ਇੱਕ ਪੌਦਾ ਨਰ ਦਾ ਹੋਏ ਨਾ, ਅਤੇ 10-12-15 ਪੌਦੇ ਵੀ ਫੀਮੇਲ ਦੇ ਹੋਣਗੇ, ਯਾਨੀ ਕਿ ਮਾਦੀਆਂ ਹੋਣਗੀਆਂ, ਅਤੇ ਫਰੂਟ ਚੁੱਕ ਜਾਣਗੀਆਂ, ਅੱਛੇ ਤਰੀਕੇ ਨਾਲ ਫਰੂਟ ਚੁੱਕਣਗੀਆਂ, ਅਤੇ ਬੜੇ ਖੂਬਸੂਰਤ ਅੰਦਾਜ਼ ਨਾਲ ਫਰੂਟ ਚੁੱਕਣਗੀਆਂ। ਲਓ ਜੀ, ਹੁਣ ਕੈਮਰਾ ਮਾਰੀਏ ਅਸੀਂ ਆਪਣਾ ਇਸ ਗਾਰਡਨ ਦੇ ਮਾਲਕਾਂ ਵੱਲ ਨੂੰ, ਅਤੇ ਇਹਨਾਂ ਨਾਲ ਥੋੜ੍ਹੀ ਜਿਹੀ ਗੁਫ਼ਤਗੂ ਕਰਨੇ ਹਾਂ, ਇਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਨੇ ਹਾਂ। ਅਤੇ ਜਨਾਬ ਮਾਸ਼ਾਅੱਲਾ ਅਲਹਮਦੁਲਿਲਾ ਇਹ ਫਰੂਟ ਵੀ ਲੱਗਾ ਹੋਇਆ, ਯਾਨੀ ਕਿ ਇਹ ਦੇਖੋ ਨਾ ਅਨਾਰ ਲੱਗੇ ਹੋਏ ਨੇ, ਅਤੇ ਇਹਨਾਂ ਦਾ ਛੋਟਾ ਜਿਹਾ ਹਾਊਸ ਗਾਰਡਨ ਹੈ, ਯਾਨੀ ਕਿ ਘਰ ਦਾ ਛੋਟਾ ਜਿਹਾ ਪਿਆਰਾ ਜਿਹਾ ਖੂਬਸੂਰਤ ਜਿਹਾ ਇਹਨਾਂ ਨੇ ਗਾਰਡਨ ਬਣਾਇਆ ਹੋਇਆ। ਅਤੇ ਇਹ ਅਨਾਰ ਲੱਗੇ ਹੋਏ ਨੇ, ਅਤੇ ਗ੍ਰੀਨ ਅਨਾਰ ਨੇ, ਯਾਨੀ ਕਿ ਇਹ ਵਰਾਇਟੀ ਹੈ ਵਾਈਟ ਵਰਾਇਟੀ ਦੇ ਅਨਾਰ ਲੱਗੇ ਹੋਏ ਨੇ, ਅਤੇ ਖੂਬਸੂਰਤ ਅਨਾਰ ਲੱਗੇ ਨੇ। ਇਹ ਇਹਨਾਂ ਦਾ ਹਾਊਸ ਦੇ ਵਿੱਚ ਯਾਨੀ ਕਿ ਘਰ ਦੇ ਵਿੱਚ ਛੋਟਾ ਜਿਹਾ ਗਾਰਡਨ ਹੈ, ਠੀਕ ਹੈ ਜੀ। ਮਾਸ਼ਾਅੱਲਾ ਅਲਹਮਦੁਲਿਲਾ, ਕੈਮਰਾ ਮੈਂ ਆਪਣੇ ਹੱਥ ਵਿੱਚ ਹੀ ਮਾਰ ਰਿਹਾ, ਅਤੇ ਬੜਾ ਹੀ ਪਿਆਰਾ ਇਹਨਾਂ ਨੇ ਗਾਰਡਨ ਸਜਾਇਆ, ਜਿਸ ਤਰ੍ਹਾਂ ਕਿ ਇਹ ਮਨੀ ਪਲਾਂਟ ਦੀ ਬੇਲ ਵੀ ਲੱਗੀ ਹੋਈ ਇਹਨਾਂ ਕੋਲ, ਇਹ ਜ਼ਾਫਰਾਂ ਦਾ ਪੌਦਾ ਵੀ ਲੱਗਾ ਹੋਇਆ, ਇਹ ਅਮਰੂਦ ਦੇ ਪਲਾਂਟ ਲੱਗੇ ਹੋਏ ਨੇ, ਨਾਲ ਨਾਲ ਇਹਨਾਂ ਰੋਜ਼ਗਾਰ ਬਣਾਉਣਾ। ਅਤੇ ਇਹ ਛੋਟਾ ਜਿਹਾ ਇਹਨਾਂ ਨੇ ਇਹਦੇ ਵਿੱਚ ਘਾਸ ਵੀ ਰੱਖੀ ਹੋਈ ਹੈ ਛੋਟੀ ਜਿਹੀ। ਇਹ ਸੇਲਮੈਨ ਵੀ ਨੇ, ਯਾਨੀ ਕਿ ਪੌਦਿਆਂ ਨੂੰ ਸੇਲ ਵੀ ਕਰਦੇ ਨੇ, ਅਤੇ ਜਨਾਬ ਆਪਣੇ ਸ਼ੌਕ ਨੂੰ ਬਹਾਲ ਰੱਖਦੇ ਨੇ। ਜਿਸ ਤਰ੍ਹਾਂ ਕਿ ਇਸ ਕਿਆਰੀ ਨੂੰ ਇਹਨਾਂ ਨੇ ਤਿਆਰ ਕੀਤਾ, ਅਤੇ ਬੜੇ ਅੱਛੇ ਅੰਦਾਜ਼ ਨਾਲ ਤਿਆਰ ਕੀਤਾ। ਇਹ ਵੀ ਛੋਟੀ ਛੋਟੀਆਂ ਕਿਆਰੀਆਂ ਨੇ, ਇਹ ਇੱਕ ਸ਼ੌਕ ਹੀ ਹੈ, ਅਤੇ ਸ਼ੌਕ ਦੀ ਵਜ੍ਹਾ ਨਾਲ ਜਨਾਬ ਇਹਨਾਂ ਨੇ ਆਪਣੇ ਕਾਰੋਬਾਰ ਨੂੰ ਬਣਾ ਲਿਆ। ਹੁਣ ਆਓ ਤੁਹਾਨੂੰ ਦੂਸਰੇ ਪਲਾਂਟ ਵਿਖਾਉਂਦੇ ਹਾਂ, ਪਪੀਤੇ ਦੇ ਇਹ ਵਾਲੇ ਪਪੀਤੇ ਦੇ ਦੂਸਰੇ ਪਲਾਂਟ ਇਹਨਾਂ ਨੇ ਲਾਏ ਹੋਏ ਨੇ ਸ਼ਾਪਰ ਦੇ ਵਿੱਚ। ਇਹਨਾਂ ਦੀ ਕਨਵਰਟਿੰਗ ਦਾ ਟਾਈਮ ਦੋਸਤੋ ਕੋਈ ਟਾਈਮ ਨਹੀਂ ਹੁੰਦਾ। ਜਿਸ ਤਰ੍ਹਾਂ ਕਿ ਤੁਸੀਂ ਫੁੱਲ ਸ਼ਦੀਦ ਸਰਦੀ 'ਚ ਪਪੀਤੇ ਦੀ ਕਨਵਰਟਿੰਗ ਨਹੀਂ ਕਰਨੀ, ਫੁੱਲ ਸ਼ਦੀਦ ਸਰਦੀ 'ਚ ਪਪੀਤੇ ਦੀ ਕਨਵਰਟਿੰਗ ਨਹੀਂ ਕਰਨੀ। ਹਾਂ, ਜੇ ਤੁਹਾਡੇ ਕੋਲ ਗਹਿਰੀ ਛਾਂ ਹੋਏ ਤਾਂ ਤੁਸੀਂ ਗਰਮੀ ਦੇ ਦਿਨਾਂ 'ਚ ਵੀ ਪਪੀਤੇ ਦੀ ਕਨਵਰਟਿੰਗ ਕਰ ਸਕਦੇ ਹੋ। ਆਓ ਫਿਰ ਮਜ਼ੀਦ ਗੱਲਾਂ ਕਰੀਏ, ਅਤੇ ਇਹਨਾਂ ਕੋਲੋਂ ਪੁੱਛੀਏ ਜੇ ਇਹ ਸਾਡੇ ਸਵਾਲਾਂ ਦੇ ਜਵਾਬ ਦੇਣ, ਅਤੇ ਪੁੱਛੀਏ ਕਿ ਪਪੀਤੇ ਦੇ ਇਹਨਾਂ ਨੇ ਬੀਜ ਘੇਰਿਆ, ਅਤੇ ਆਓ ਹਾਂ ਬੀਜ ਵੀ ਤੁਹਾਨੂੰ ਵਿਖਾਈਏ, ਅਤੇ ਕਿੰਨੇ ਦਿਨ 'ਚ ਇਹਨਾਂ ਨੇ ਘੇਰਿਆ, ਅਤੇ ਆਓ ਫਿਰ ਬਾਕੀ ਗੱਲਾਂ ਇੱਥੇ ਕਰਨੇ ਆ ਚੱਲ ਕੇ। ਕੈਮਰਾ ਮੇਰੇ ਆਪਣੇ ਹੱਥ ਵਿੱਚ ਆ, ਮੇਰੇ ਕੋਲ ਅੱਜ ਕੈਮਰਾਮੈਨ ਮਹੱਈਆ ਨਹੀਂ ਸੀ, ਅਤੇ ਮੈਂ ਆਪ ਹੀ ਵਿਜ਼ਿਟ ਕਰਨ ਆ ਗਿਆ ਇਹਨਾਂ ਦੇ ਗਾਰਡਨ ਦਾ। ਲਓ ਜੀ, ਇਹ ਵਾਲਾ ਇਹਨਾਂ ਨੇ
ਬੀਜ ਘੇਰਿਆ ਅਤੇ ਇਹ ਜਿਹੜਾ ਨਹੀਂ ਨਾ, ਇਹ ਨਹੀਂ ਜੇ ਬੀਜ ਦੋਸਤੋ, ਇਹ ਤਾਂ ਇੱਕ ਅੰਗੂਰ ਦੀ ਵੇਲ ਆ ਉੱਪਰ, ਅਤੇ ਇਹ ਅੰਗੂਰ ਪੱਕ ਕੇ ਕਿਰ ਗਏ ਨੇ ਥੱਲੇ, ਠੀਕ ਹੈ ਜੀ। ਬੀਜ ਜਿਹਨੂੰ ਅਸੀਂ ਕਹਿੰਦੇ ਨਾ ਪਪੀਤੇ ਦਾ, ਉਹ ਮੈਂ ਤੁਹਾਨੂੰ ਥੋੜ੍ਹੀ ਜਿਹੀ ਪਹਿਚਾਣ ਕਰਾਉਣਾ ਕਿ ਬੀਜ ਪਪੀਤੇ ਦਾ ਘੇਰਾ ਹੈ, ਅੱਲਾ ਤੁਹਾਨੂੰ ਖੁਸ਼ ਰੱਖੇ, ਇਹ ਵਾਲਾ। ਇਹ ਮੇਰੇ ਨਾਖਣ ਦੇ ਕੋਲ ਇਹ ਇੱਕ ਪਪੀਤੇ ਦਾ ਬੀਜ ਹੈ, ਇੱਕ ਐਪ ਬੀਜ ਹੈ, ਠੀਕ ਹੈ ਜੀ। ਅਤੇ ਹੁਣ ਜਨਾਬ ਅਸੀਂ ਤੁਹਾਨੂੰ ਮੁਤਾਰਫ ਕਰਵਾਉਂਦੇ ਹਾਂ, ਇਹ ਜਨਾਬ ਗਾਰਡਨ ਦੇ ਮਾਲਕ ਨੇ। ਅਸਲਾਮ ਵਾਲੇਕੁਮ ਰਹਿਮਤੁੱਲਾ ਜੀ, ਕੀ ਹਾਲ ਨੇ, ਤਬੀਅਤ ਸਿਹਤ ਕੈਸੀ ਹੈ, ਕੈਸਾ ਤੁਹਾਡਾ ਸ਼ੌਕ ਚੱਲ ਰਿਹਾ? ਅੱਲਾ ਪਾਕ ਰਹਿਮਤ ਅਤੇ ਕਰਮ ਕਰੇ। ਅੱਛਾ, ਹੁਣ ਗੱਲ ਇਸ ਤਰ੍ਹਾਂ, ਤੁਹਾਨੂੰ ਚੰਦ ਸਵਾਲਾਤ ਕਰਨੇ ਨੇ ਆਪਣੇ ਵੀਵਰਸ ਵਾਸਤੇ। ਅਸੀਂ ਜਨਾਬ ਇਹ ਇਹਨਾਂ ਦਾ ਗਾਰਡਨ ਹੈ ਅਤੇ ਇਹਨਾਂ ਨਾਲ ਤੁਹਾਡੀ ਅੱਜ ਮੁਲਾਕਾਤ ਕਰਾਈ। ਅੱਛਾ ਜੀ, ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਬੀਜ ਨੂੰ ਬੀਜਿਆ? ਦੂਸਰਾ ਪੀਰ ਆ ਗਿਆ ਜੀ। ਦੂਸਰਾ ਪੀਰ ਦਾ ਮਤਲਬ ਦੋਸਤੋ, ਜਿਹਨੂੰ ਪੀਰ ਕਹਿੰਦੇ ਨੇ ਪੰਜਾਬੀ 'ਚ, ਸਾਡੋ ਅਸੀਂ ਕਿਉਂਕਿ ਚੜ੍ਹਦੇ ਪੰਜਾਬ ਵਾਲੇ ਪਾਸੇ ਹਾਂ, ਅਤੇ ਇੱਧਰ ਦੇ ਪੰਜਾਬ ਵਾਲੇ ਪਾਸੇ ਦੇ ਲੋਕ ਸਮਵਾਰ ਨੂੰ ਪੀਰ ਕਹਿੰਦੇ ਨੇ। ਸਮਵਾਰ ਨੂੰ ਇੰਗਲਿਸ਼ ਤੁਸੀਂ ਕਨਵਰਟ ਕਰ ਲਓ, ਯਾਨੀ ਕਿ ਪਿਛਲੇ ਸਮਵਾਰ ਇਹਨਾਂ ਬੀਜ ਬੀਜਿਆ ਸੀ ਅਤੇ ਅਗਲਾ ਸਮਵਾਰ ਆ ਗਿਆ, ਯਾਨੀ ਕਿ ਇੱਕ ਹਫ਼ਤਾ ਹੋ ਗਿਆ ਜੀ। ਹਾਂਜੀ, ਇੱਕ ਹਫ਼ਤਾ, ਅਤੇ ਇੱਕ ਹਫ਼ਤੇ ਦੇ ਦੌਰਾਨੀਆਂ ਬੀਜ ਕੋਈ ਉੱਗਾ ਜੀ? ਤੁਹਾਨੂੰ ਕੋਈ ਉਮੀਦ ਹੈ ਕਿ ਇਹ ਉੱਗੇਗਾ? ਹਾਂਜੀ, ਉੱਗਣ ਡਿਆ ਜੀ। ਉੱਗਣ ਡਿਆ, ਉੱਗਣ ਡਿਆ ਜੀ। ਕੋਈ ਵਿਖਾਓ ਹਾਂ ਜੀ, ਇਹ ਵੇਖੋ ਨਜ਼ਰ ਆ ਰਿਹਾ। ਲਓ ਜੀ, ਇਹ ਵੀ ਵਰਤ ਤੁਹਾਨੂੰ ਅੱਛੇ ਅੰਦਾਜ਼ ਨਾਲ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਈ ਹੋਰਾਂ ਦੇ ਉਂਗਲੀ ਦੇ ਨਾਖਣ ਦੇ ਕੋਲ ਛੋਟੀ ਜਿਹੀ ਕੁੰਪਲ ਨਿਕਲ ਰਹੀ ਹੈ, ਇਹ ਤੁਹਾਨੂੰ ਪੱਕਾ ਪਤਾ ਕਿ ਪਪੀਤੇ ਦਾ ਬੀਜ ਹੈ? ਪਪੀਤੇ ਦਾ ਜੀ, ਅਤੇ ਇੱਕ ਦਾਣਾ ਇਹ ਵੇਖੋ ਜੀ, ਇਹ ਜ਼ਮੀਨ ਤੋਂ ਬਾਹਰ ਹੈ ਅਤੇ ਇਹ ਵੀ ਮਾਸ਼ਾਅੱਲਾ ਫੁੱਟ ਰਿਹਾ ਜੀ, ਬੜੇ ਅੱਛੇ ਤਰੀਕੇ ਨਾਲ ਮਾਸ਼ਾਅੱਲਾ ਫੁੱਟ ਰਿਹਾ। ਦੂਸਰੇ ਭਾਈ ਹੋਰੀ ਵੀ ਆਪਣੀ ਉਂਗਲੀ ਦਾ ਇਸ਼ਾਰਾ ਕਰਦੇ ਦੱਸ ਰਹੇ ਨੇ ਕਿ ਉਹ ਵੀ ਫੁੱਟ ਰਿਹਾ, ਯਾਨੀ ਕਿ ਇਹਨਾਂ ਨੂੰ ਆਪਣੇ ਬੀਜ ਦੀ 90% ਉੱਗਣ ਦੀ ਉਮੀਦ ਹੈ ਅਤੇ ਚਾਂਸ ਸਾਥ ਨੇ। ਹਾਂ ਬਾਈ, ਇੱਕ ਇਹ ਵੀ, ਕਿਉਂ ਜੀ, ਇਹ ਜੇ ਮੈਂ ਗਲਤ ਨਹੀਂ ਤਾਂ ਇਹ ਵੀ ਤੁਹਾਡਾ ਬੀਜ ਹੀ ਉੱਗ ਰਿਹਾ ਮਾਸ਼ਾਅੱਲਾ ਜੀ, ਨਾਲ ਇਹ ਬੀਜ ਵੀ ਨਜ਼ਰ ਆ ਰਿਹਾ ਅਤੇ ਬੀਜ ਉੱਗ ਰਿਹਾ, ਅਤੇ ਇਹਨੂੰ ਬੀਜ ਕੇ ਤਾਂ ਦੋਸਤੋ ਇਹਨੂੰ ਸਾਡੇ ਵੀਵਰ ਨੂੰ ਜ਼ਰਾ ਦੱਸੋ ਕਿ ਪਪੀਤੇ ਦੇ ਬੀਜ ਨੂੰ ਜਦੋਂ ਬੀਜਣਾ ਉਹਦੇ ਵਾਸਤੇ ਮੱਟੀ ਕਿਹੜੀ ਹੋਣੀ ਜ਼ਰੂਰੀ ਹੈ, ਕੀ ਮਾਮਲਾਤ ਹੋਣੇ ਜ਼ਰੂਰੀ ਨੇ? ਚੰਗੀ ਹੋਣੀ ਚਾਹੀਦੀ ਹੈ, ਦਰਮਿਆਨੀ ਉਹਨੂੰ ਗੋਡੀ ਕਰ ਕੁਰ ਕੇ, ਬਰੀਕ ਕਰਕੇ, ਅਤੇ ਉਹਦੇ 'ਚ ਬੀਜ ਖਿਲਾਰ ਕੇ, ਅਤੇ ਬਾਅਦ ਵਿੱਚ ਹੱਥ ਨਾਲ ਮੁਲਾਇਮ ਕਰ ਦੇਣਾ, ਠੀਕ ਹੈ, ਅਤੇ ਮੁਲਾਇਮ ਕਰਕੇ ਤਾਂ ਮਗਰੋਂ ਪਾਣੀ ਛੋੜ ਦੇਣਾ, ਠੀਕ ਹੈ, ਪਾਣੀ ਛੱਡ ਕੇ ਤਾਂ ਉਹ ਬਹਿ ਜਾਏਗਾ, ਠੀਕ ਹੈ, ਅਤੇ ਮਗਰੋਂ ਵੇਖੋ ਸਵਾਹ ਸੂਹ ਹੋਏ ਕੋ, ਰੇਤ ਹੋਏ ਤਾਂ ਉੱਤੇ ਸੱਟ ਦੇਣੀ ਹੈ, ਤਾਂ ਬੀਜ ਜਿਹੜਾ ਉੱਪਰ ਨਾ ਆਏ ਸਾਰਾ, ਯਾਨੀ ਕਿ ਨੰਗਾ ਨਾ ਹੋਏ, ਨੰਗਾ ਨਾ ਹੋਏ, ਅਤੇ ਕੋਈ ਥੱਲੇ ਉਹ ਮਿੱਟੀ ਸਵਾਹ ਘੱਟ ਲੱਗੀ ਹੈ ਤਾਂ ਬੀਜ ਉੱਤੇ ਆ ਗਏ। ਬਿਲਕੁਲ ਠੀਕ ਹੈ, ਯਾਨੀ ਕਿ ਇਹ ਹੁਣ ਉੱਗ ਜੇ ਨਾ, ਅਤੇ ਫਿਰ ਇਹਦੀ ਕਨਵਰਟਿੰਗ, ਯਾਨੀ ਕਿ ਇਹਨੂੰ ਤੁਸੀਂ ਕਿਹੜੇ ਦਿਨਾਂ 'ਚ ਬੀਜ, ਕਿਹੜਾ ਸਾਈਜ਼ ਦਾ ਹੋ ਜਾਏਗਾ, ਅਤੇ ਫਿਰ ਇਹਨੂੰ ਤੁਸੀਂ ਸ਼ਿਫਟਿੰਗ ਕਰਨੀ ਹੈ ਪੌਦੇ ਨੂੰ? ਇੱਕ 4-5 ਇੰਚੀ ਦਾ ਹੋ ਜਾਏਗਾ ਪੌਦਾ, ਅਤੇ ਉਹਨੂੰ ਜਦੋਂ ਮਰਜ਼ੀ ਕਰ ਲਓ ਸ਼ਿਫਟ ਕਰ ਲਵੋ, ਠੀਕ ਹੋ ਗਿਆ ਜੀ। ਲਓ ਬਾਈ ਵਿਵਰਸ, ਕੈਮਰਾ ਮੇਰੇ ਆਪਣੇ ਹੱਥ ਵਿੱਚ ਸੀ, ਅਤੇ ਸਾਡੇ ਆ ਭਾਈ ਹੋਰੀ ਬੈਠੇ ਨੇ ਅਲਹਮਦੁਲਿਲਾ, ਇਹ ਗਾਰਡਨ ਦੇ ਮਾਲਕ ਨੇ, ਅਤੇ ਇਹਨਾਂ ਦਾ ਵੀ ਸ਼ੌਕ ਸੀ, ਸ਼ੌਕ ਨੂੰ ਨਾਲ ਇਹਨਾਂ ਨੇ ਕਾਰੋਬਾਰ ਬਣਾ ਲਿਆ, ਠੀਕ ਹੈ, ਅੱਛੇ ਤਰੀਕੇ ਨਾਲ ਇਹਨਾਂ ਆਪਣਾ ਕਾਰੋਬਾਰ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੱਬ ਇਹਨਾਂ ਦੇ ਇਲਮ 'ਚ ਬਰਕਤ ਅਤਾ ਫਰਮਾਏ, ਅਤੇ ਰੱਬ ਸਾਡੇ ਵੀ ਇਲਮ 'ਚ ਬਰਕਤ ਅਤਾ ਫਰਮਾਏ। ਅੱਜ ਦੀ ਵੀਡੀਓ ਤੁਹਾਨੂੰ ਅਸੀਂ ਪਪੀਤੇ ਦੇ ਨਰ ਮਾਦੀ ਮੇਲ ਫੀਮੇਲ ਹੋਣ ਦੀ ਤੁਹਾਨੂੰ ਨਿਸ਼ਾਨੀ ਦੱਸੀ ਹੈ, ਅਤੇ ਪਪੀਤੇ ਦੇ ਬੀਜ ਨੂੰ ਬੀਜਣ ਦੇ ਮੁਤਲਕਾ ਗੁਫ਼ਤਗੂ ਤੁਹਾਡੇ ਨਾਲ ਕੀਤੀ ਹੈ ਅਸੀਂ, ਠੀਕ ਹੈ ਜੀ। ਇਹ ਜਿਸ ਤਰ੍ਹਾਂ ਕਿ ਕੈਮਰੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੈਕ ਸਾਈਡ ਦੇ ਇਹਨਾਂ ਦੇ ਜਾਨਵਰ ਵੀ ਬੱਝੇ ਹੋਏ ਨੇ, ਇਹ ਇੱਕ ਹਵੇਲੀ ਦਾ ਮਾਮਲਾ ਤਿੰਨ, ਅਤੇ ਹਵੇਲੀ ਨੂੰ ਇਹਨਾਂ ਨੇ ਇੱਕ ਗਾਰਡਨ ਦੀ ਸ਼ਕਲ ਤਿਆਰ ਕਰਵਾਈ ਹੈ, ਅਤੇ ਬੜੇ ਅੱਛੇ ਤਰੀਕੇ ਨਾਲ ਗਾਰਡਨ ਜਨਾਬ ਇਹਨਾਂ ਦਾ ਤਿਆਰ ਹੈ, ਅਤੇ ਖੂਬਸੂਰਤੀ ਨਾਲ ਤਿਆਰ ਹੈ। ਲਓ ਬਈ ਸੱਜਣੋ ਵੇਲਿਓ ਦੋਸਤੋ, ਤੁਸੀਂ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ, ਬੈੱਲ ਆਈਕਨ ਦੇ ਬਟਨ ਦਬਾਉਣਾ, ਦੋਸਤਾਂ ਨਾਲ ਸ਼ੇਅਰ ਕਰਨਾ, ਅਗਲੀ ਵੀਡੀਓ ਦਾ ਇੰਤਜ਼ਾਰ ਕਰਨਾ। ਇਨਸ਼ਾਅੱਲਾ ਇਨਸ਼ਾਅੱਲਾ ਬਫਜ਼ਲੇ ਜ਼ਿੰਦਗੀ ਦੁਬਾਰਾ ਫਿਰ ਕਿਸੇ ਸੋਹਣੀ ਸੁਥਰੀ ਵੀਡੀਓ ਨਾਲ ਮਿਲਾਂਗੇ। ਓਨੀ ਦੇਰ ਤੱਕ ਦੋ ਆਪਣੇ ਮੇਜ਼ਬਾਨ ਨੂੰ ਇਜਾਜ਼ਤ, ਆਪਣੇ ਅਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਣਾ, ਅੱਲਾ ਨੇ ਗਿਬਾਨ।